ਹੁਣ ਆਪਾਂ ਹਮੀਰ ਜੀ ਵਾਲਾ ਵਿਸ਼ਾ ਮਜ਼ਦੂਰ ਭਾਈ ਕੁਛ ਦੱਸ ਰਹੇ ਨੇ ਕਹਿ ਰਹੇ ਨੇ ਜ਼ਰਾ ਸੁਣ ਲਈਏ ਕੀ ਕਹਿ ਰਹੇ ਨੇ ਹਮੀਰ ਸਿੰਘ ਜੀ ਅਸੀਂ ਨਰੇਗਾ ਸਕੀਮ ਦੇ ਵਿੱਚ ਕੰਮ ਕਰਦੇ ਹਾਂ ਅਸੀਂ ਤੁਹਾਡੇ ਏਜੰਡੇ ਰਾਹੀਂ ਇਹ ਜਾਣਨਾ ਚਾਹੁੰਦੇ ਹਾਂ ਅਰਜ਼ੀ ਨਹੀਂ ਲੱਗੀ ਗਈ ਸਾਨੂੰ ਕੰਮ ਤੋਂ ਮੋੜ ਦਿੱਤਾ ਜਾਂਦਾ ਕਦੇ ਸਾਡੇ ਪੈਸੇ ਨਹੀਂ ਆਉਂਦੇ ਮਨਰੇਗਾ ਦਾ ਜਿਹੜਾ ਸਵਾਲ ਹੈ ਸਭ ਤੋਂ ਵੱਡਾ ਕਿਉਂਕਿ ਅਸਲ ਦੇ ਵਿੱਚ ਜਿਹੜੀ ਪਹਿਲਾਂ ਖੇਤੀ ਦੀ ਗੱਲ ਚੱਲਦੀ ਸੀ ਉਹ ਪੇਂਡੂ ਅਰਥ ਵਿਵਸਥਾ ਦਾ ਮਾਮਲਾ ਅਸਲ 'ਚ ਇਕੱਲਾ ਖੇਤੀ ਦਾ ਨਹੀਂ ਕਿਉਂਕਿ ਪੇਂਡੂ ਅਰਥ ਵਿਵਸਥਾ ਦੇ ਵਿੱਚ ਮਜ਼ਦੂਰ ਵੀ ਹੈ ਕਾਰੀਗਰ ਵੀ ਹੈ ਦੁਕਾਨਦਾਰ ਵੀ ਹੈ ਸਾਰੇ ਲੋਕ ਨੇ ਔਰ ਜਿਵੇਂ ਜਿਵੇਂ ਟੈਕਨੀਕ ਵੱਧ ਰਹੀ ਹੈ ਤਾਂ ਬੇਰੁਜ਼ਗਾਰੀ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਹੈ ਸ਼ਾਇਦ ਇਸੇ ਕਰਕੇ ਹੀ ਜਿਹੜਾ ਘੱਟੋ ਘੱਟ ਪਹਿਲੀ ਵਾਰ ਇਸ ਦੇਸ਼ ਦੇ ਵਿੱਚ 100 ਦਿਨ ਦੇ ਰੁਜ਼ਗਾਰ ਦੀ ਸੰਵਿਧਾਨਕ ਗਰੰਟੀ ਦਿੱਤੀ ਗਈ ਹੈ 2005 ਦੇ ਮਨਰੇਗਾ ਕਾਨੂੰਨ ਦੇ ਤਹਿਤ ਇਹ ਇੱਕੋ ਇੱਕ ਐਸੀ ਚੀਜ਼ ਹੈ ਅਧਿਕਾਰ ਕਿ ਗੌਰਮੈਂਟ ਦੇ ਖਜ਼ਾਨੇ 'ਚ ਹੋਵੇ ਨਾ ਹੋਵੇ ਤੁਹਾਨੂੰ ਮੰਗੇ ਉੱਤੇ ਕੰਮ ਮਿਲੂਗਾ ਔਰ ਦੇਣਾ ਪਊਗਾ ਅਤੇ ਕੋਈ ਵੀ ਅਦਾਲਤ ਜਾ ਸਕਦਾ ਜਿਹਨੂੰ ਫੰਡਾਮੈਂਟ ਬੁਨਿਆਦੀ ਅਧਿਕਾਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਨਹੀਂ ਦਿੰਦੇ ਤਾਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ ਪਰ ਪੰਜਾਬ ਦੇ ਵਿੱਚ ਇਹ ਹੈ ਕਿ ਮੰਗ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ ਕਦੇ ਅਸਲ 'ਚ ਕਿ ਮਜ਼ਦੂਰ ਜਾਂ ਆਮ ਬੰਦਾ ਕੰਮ ਦੀ ਅਰਜ਼ੀ ਦੇਵੇ ਅਰਜ਼ੀ ਦੀ ਰਸੀਦ ਲੈ ਲਏ ਅਤੇ ਜੇ ਕੰਮ 15 ਦਿਨਾਂ ਦੇ ਅੰਦਰ ਅੰਦਰ ਨਹੀਂ ਦਿੱਤਾ ਤਾਂ ਤੁਸੀਂ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੋ ਪਹਿਲੇ 1 ਮਹੀਨੇ ਦੇ ਵਾਸਤੇ ਦਿਹਾੜੀ ਦਾ ਚੌਥਾ ਹਿੱਸਾ ਅਤੇ ਅਗਲਾ ਜਿਹੜਾ ਬਚਦਾ ਸਮਾਂ ਉਹਦੇ ਅੱਧੀ ਦਿਹਾੜੀ ਘਰ ਬੈਠੇ ਦੇਣੀ ਪਊਗੀ ਕਾਨੂੰਨ ਇਹ ਕਹਿੰਦਾ ਇਸ ਮਾਮਲੇ ਦੇ ਵਿੱਚ ਅਤੇ ਇਦੋਂ ਫਿਰ ਉਦੋਂ ਬਾਅਦ ਅਗਲਾ ਸਵਾਲ ਇਹ ਆ ਜਾਂਦਾ ਕਿ ਜਦੋਂ ਤੁਹਾਡਾ ਕੰਮ ਹੁੰਦਾ ਤੁਹਾਨੂੰ ਕੰਮ ਅਲਾਟ ਕਰ ਦਿੱਤਾ ਜਾਂਦਾ ਤਾਂ ਇੱਕ ਮਾਸਟਰ ਰੋਲ ਨਿਕਲਦਾ ਅਤੇ ਨਿਯੁਕਤੀ ਪੱਤਰ ਦਿੱਤਾ ਜਾਂਦਾ ਹੈ ਜਿਹੜਾ ਕਿ ਅਜੇ ਤੱਕ ਪੰਜਾਬ 'ਚ ਕਿਤੇ ਨਹੀਂ ਦਿੱਤਾ ਜਾ ਰਿਹਾ ਔਰ ਥੋੜ੍ਹੇ ਥਾਵਾਂ 'ਤੇ ਦੇਣਾ ਸ਼ੁਰੂ ਕੀਤਾ ਗਿਆ ਬੇਈਮਾਨੀ ਕਿੱਥੇ ਹੈ ਉਹਦੇ ਨਾਲ ਬੇਈਮਾਨੀ ਸਾਰੇ ਰਲ ਕੇ ਅਸਲ ਦੇ ਵਿੱਚ ਹੈ ਜੇ ਉਹ ਕਾਗਜ਼ ਪੱਤਰ ਪੂਰਾ ਹੋ ਜਾਂਦਾ ਤਾਂ ਇੱਥੋਂ ਤੱਕ ਗੌਰਮੈਂਟ ਆਫ ਇੰਡੀਆ ਦਾ ਇੱਕ ਸਰਕੂਲਰ ਹੈ ਕਿ ਜਿਹੜੇ ਲੈਵਲ 'ਤੇ ਬੇਈਮਾਨੀ ਹੋਈ ਉਹਦੀ ਤਨਖਾਹ 'ਚੋਂ ਕੱਟ ਕੇ ਦਿੱਤਾ ਜਾ ਸਕਦਾ ਫਿਰ ਉਹ ਸਾਰੇ ਮਿਲਦੇ ਨੇ ਅਸਲ ਦੇ ਵਿੱਚ ਉਸ ਸਾਰੇ ਮਾਮਲੇ ਦੇ ਵਿੱਚ ਹੁਣ ਉਹਦੇ 'ਚ ਕੀ ਹੋ ਜਾਂਦਾ ਕਿ ਜਦੋਂ ਉਹ ਹਾਜ਼ਰੀ ਕੱਚੀ ਕਾਪੀ 'ਤੇ ਲਾਉਂਦੇ ਨੇ ਕੱਚੀ ਕਾਪੀ 'ਤੇ ਹਾਜ਼ਰੀ ਲਾ ਲਈ ਮਾਸਟਰ ਹੁਣ ਨਿਕਲੇ ਨਹੀਂ ਹੋਇਆ ਉਹ 'ਚ ਹਾਜ਼ਰੀ ਨਹੀਂ ਉਹ 'ਚ ਹੇਰਾ ਫੇਰੀ ਹੈ ਕਿੰਨੀਆਂ ਖਬਰਾਂ ਛਪਦੀਆਂ ਨੇ ਸਰਪੰਚ ਦੇ ਘਰ ਹੀ ਜਾਈ ਜਾਂਦਾ ਇੱਕ ਮਜ਼ਦੂਰ ਦਾ ਪੈਸਾ ਤਾਂ ਕਿਉਂਕਿ ਉਹ ਹਾਜ਼ਰੀ ਉਪਦੀ ਲਾ ਦਿੰਦਾ ਅਤੇ ਜਿਹੜਾ ਜੈਨ ਨੂੰ ਕੰਮ ਕਰਕੇ ਆਇਆ ਜਦ ਉਹ ਪੱਕੇ 'ਤੇ ਚੜਾਉਣਾ ਉਹਦਾ ਹਾਜ਼ਰੀ ਨਹੀਂ ਜਾਂਦਾ ਵਿਚਾਰੇ ਉਹਨਾਂ ਦੇ ਲਈ ਕਿਹਨੂੰ ਕਹੀਏ ਜਾ ਕੇ ਅਤੇ ਕਿਵੇਂ ਕਹੀਏ ਕਿ ਫਿਰ ਐਕਸ਼ਨ ਹੋ ਸਕੇ ਜ਼ਿਲ੍ਹੇ ਲੈਵਲ 'ਤੇ ਓਬਡਸਮੈਨ ਬਣਿਆ ਜਿਹਨੂੰ ਲੋਕਪਾਲ ਦਾ ਨਾਂ ਦੇ ਦਿਉ ਚਾਹੇ ਉੱਥੇ ਵੀ ਜਾ ਸਕਦੇ ਹੋ ਤੁਸੀਂ ਸ਼ਿਕਾਇਤ ਇੰਟਰਨੈਟ 'ਤੇ ਜਾ ਕੇ ਸਿੱਧੀ ਭਾਰਤ ਸਰਕਾਰ ਨੂੰ ਵੀ ਪਾ ਸਕਦੇ ਹੋ ਸ਼ਿਕਾਇਤ ਇੱਥੇ ਜੁਆਇੰਟ ਡਿਵੈਲਪਮੈਂਟ ਕਮਿਸ਼ਨਰ ਜਿਹੜਾ ਇਹਦਾ ਇੰਚਾਰਜ ਆ ਉਹਨੂੰ ਵੀ ਪਾ ਸਕਦੇ ਹੋ ਪਰ ਇਹਨਾਂ ਸ਼ਿਕਾਇਤਾਂ ਤੋਂ ਵੀ ਜ਼ਿਆਦਾ ਪਹਿਲਾਂ ਤਾਂ ਦੋ ਗੱਲਾਂ ਉਹਨਾਂ ਨੂੰ ਖੁਦ ਕਰਨੀਆਂ ਪੈਣਗੀਆਂ ਜਿਹੜੀ ਵੀ ਅਰਜ਼ੀ ਕਿਸੇ ਅਧਿਕਾਰੀ ਨੂੰ ਦਿੱਤੀ ਉਹਦੀ ਰਸੀਦ ਲੈਣੀ ਜ਼ਰੂਰੀ ਹੈ ਸਭ ਤੋਂ ਬੜੀ ਗੱਲ ਕਿਉਂਕਿ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਅਧਿਕਾਰੀ ਕੀ ਕਰਦਾ ਤੁਹਾਡੇ ਕੋਲ 200 ਅਰਜ਼ੀ ਆ ਗਈ ਜਦ ਉਹ ਟਾਈਮ ਦੇ ਵਿੱਚ ਤੁਸੀਂ ਕੰਮ ਨਹੀਂ ਦਿੱਤਾ ਉਹ ਪਾੜਿਆ ਅਤੇ ਰੱਦੀ 'ਚ ਸੁੱਟਤੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਔਰ ਦੂਜੀ ਗੱਲ ਇਹ ਵੀ ਹੈ ਕਿ ਪੰਜ ਏਕੜ ਤੱਕ ਵਾਲਾ ਕਿਸਾਨ ਤਾਂ ਆਪਣੇ ਖੇਤ 'ਚ ਕੰਮ ਕਰਕੇ ਦਿਹਾੜੀ ਵੀ ਲੈ ਸਕਦਾ ਪੰਜ ਏਕੜ ਤੱਕ ਵਾਲਾ ਪਰ ਕਿਹੜੀ ਉਦੋਂ ਘੱਟ ਵਾਲਾ ਕੋਈ ਉਹਦੇ 'ਚ 28 ਕੰਮ ਨੇ ਅੱਛਾ ਮਤਲਬ ਕੁਛ ਕਣਕ ਝੋਨਾ ਨਹੀਂ ਸਗੋਂ ਸਾਡੇ ਲਈ ਤਾਂ ਇਹ ਬਹੁਤ ਫਾਇਦੇਮੰਦ ਜਿਹਦੇ ਜਿੰਨੀ ਬਾਗਬਾਨੀ ਹੈ ਟੋਟਲ ਬਾਗਬਾਨੀ ਇਹਦੇ ਦਾਇਰੇ 'ਚ ਆਉਂਦੀ ਹੈ ਉਹਦਾ ਮਟੀਰੀਅਲ ਦੀ ਲਾਗਤ ਵੀ ਨਾਲ ਬੰਦੇ ਨੂੰ ਮਿਲੂਗੀ ਅਤੇ ਨਾਲ ਜਿਹੜੀ ਦਿਹਾੜੀ ਵੀ ਮਿਲਣੀ ਹੈ ਕੰਮ ਤਾਂ ਬੰਦਾ ਆਪ ਹੀ ਕਰਦਾ ਔਰ ਇਸੇ ਤਰ੍ਹਾਂ ਜਿੰਨੀ ਜੈਵਿਕ ਖੇਤੀ ਹੈ ਉਹ ਸਾਰੀ ਇਹਦੇ ਵਿੱਚ ਆਉਂਦੀ ਹੈ ਉਹ ਜਿੰਨਾ ਮਰਜ਼ੀ ਜਿਹੜੇ ਸੈੱਡ ਪਾਉਣੇ ਨੇ ਕੈਟਲ ਸੈੱਡ ਜਿਹਨੂੰ ਆਪਾਂ ਪਸ਼ੂਆਂ ਦੇ ਦੁਧਾਰੂ ਪਸ਼ੂਆਂ ਲਈ ਉਹ ਵੀ ਇਹਦੇ 'ਚੋਂ ਪੈ ਸਕਦੇ ਨੇ ਮੁਰਗੀ ਪਾਲਣਾ ਉਹਦੇ ਸੈੱਡ ਨੇ ਉਹ ਇਹਦੇ 'ਚੋਂ ਪੈ ਸਕਦੇ ਨੇ ਹੋਰ ਕੋਈ ਬੱਕਰੀਆਂ ਤੋਂ ਲੈ ਕੇ ਜਿਹੜੇ ਸਹਾਇਕ ਧੰਦੇ ਨੇ ਜਿਹਨੂੰ ਆਪਾਂ ਕਹਿੰਦੇ ਖੇਤੀਬਾੜੀ ਕਵਰ ਹੈ ਫਿਰ ਤਾਂ ਉਹ ਸਾਰੇ ਇਹਦੇ 'ਚ ਕਵਰ ਹੁੰਦੇ ਨੇ ਪੰਜਾਬ ਵਰਗੇ ਸੂਬੇ ਲਈ ਤਾਂ ਇੱਕ ਨਿਆਮਤ ਹੈ ਜੇਕਰ ਦੇਖਿਆ ਜਾਏ ਵੀ ਸਰਕਾਰਾਂ ਨੂੰ ਇਹ ਪਤਾ ਹੀ ਨਹੀਂ ਕਿ ਸਰਕਾਰਾਂ ਲੁਕੋ ਕੇ ਰੱਖਦੀਆਂ ਫਿਰ ਮੈਨੂੰ ਦੋਨੇ ਹੀ ਗੱਲਾਂ ਲੱਗਦੀਆਂ ਨੇ ਦੋਨੇ ਇੱਕ ਤਾਂ ਨਾਲ ਇੱਕ ਹੀ ਵੀ ਹੈ ਕਿਉਂਕਿ ਸਾਡੀ ਸਮਝਦੀ ਉਹ ਨਹੀਂ ਔਰ ਮੈਂ ਇਸੇ ਲਈ ਦਾਅਵੇ ਨਾਲ ਕਹਿੰਦਾ 117 MLA ਨੇ ਦੋ ਵੀ ਲੱਭ ਦੋ ਜੇ ਮਨਰੇਗਾ ਐਕਟ ਕਿਸੇ ਨੇ ਪੜਿਆ ਹੋ ਉਹ ਛੋਟੇ ਸੀ ਛੋਟੇ ਸੀ ਉਹ ਜਦੋਂ ਇਹ ਐਕਟ ਬਣਿਆ ਸੀਗਾ ਸਮਾਜਿਕ ਕਮਿਟਮੈਂਟ ਨਹੀਂ ਰਹੀ ਮਤਲਬ ਕਮਿਟਮੈਂਟ ਨਹੀਂ ਰਹੀ ਉਹ ਕਹਿੰਦਾ ਚੱਲ ਇਹਦੇ ਤੋਂ ਕੀ ਲੈਣਾ ਇਹ 'ਚੋਂ ਕਿਹੜਾ ਮਲਾਈ ਨਿਕਲਦੀ ਹੈ ਖਾਣ ਨੂੰ ਇਹ ਇੱਕ ਬੜਾ ਵੱਡਾ ਕੰਮ ਹੈ ਪਰ ਇਹਦੇ ਨਾਲ ਤੁਸੀਂ ਰੁਜ਼ਗਾਰ ਕਿੰਨਾ ਪੈਦਾ ਹੁੰਦਾ ਜੀ ਅਤੇ ਰੁਜ਼ਗਾਰ ਇਹ ਹੈ ਕਿ ਹਰ 40 ਜੋਬ ਕਾਰਡਾਂ ਪਿੱਛੇ ਇੱਕ ਮੇਟ ਭਰਤੀ ਕਰਨਾ ਨਿਗਰਾਨ ਜਿਹੜਾ ਉਹਨਾਂ ਦੀ ਹਾਜ਼ਰੀ ਲਾਉਂਦਾ ਹੈ ਜਾਂ ਜਿਹੜੇ ਮਨਰੇਗਾ ਮਜ਼ਦੂਰਾਂ ਦੇ 20,58,000 ਜੋਬ ਕਾਰਡ ਬਣਿਆ ਹੋਇਆ ਇਹਦਾ ਮਤਲਬ 50,000 ਬੰਦਾ ਤਾਂ ਅਸੀਂ ਕੱਲ ਨੂੰ ਭਰਤੀ ਕਰ ਸਕਦੇ ਇਹਦਾ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਨਹੀਂ ਜਾਂਦਾ ਇੱਕ ਵੀ ਉੱਥੇ ਹੀ ਜਾਣਾ ਸਾਰਾ ਕੇਂਦਰ ਸਰਕਾਰ ਆਹ ਸਭ ਤੋਂ ਅਹਿਮ ਗੱਲ ਹੈ 100% ਪੈਸਾ ਦਿਹਾੜੀ ਦਾ ਉੱਥੋਂ ਆਉਂਦਾ ਜਿੰਨੇ ਹੁਣ ਇੱਥੋਂ ਕੁਝ ਨਹੀਂ ਲੱਗ ਰਹੇ ਜਿੰਨੇ ਹੁਣ ਪੰਜਾਬ ਚ ਕੰਮ ਕਰ ਰਹੇ ਨੇ ਉਹਦੇ ਨਾਲ ਪਲੱਸ 50,000 ਨੂੰ ਹੋਰ ਰੋਜ਼ 50,000 ਨੂੰ ਜਿਹਨੇ ਦਿਹਾੜੀ ਨਹੀਂ ਕਰਨੀ ਹਾਜ਼ਰੀ ਵਾਲਾ ਕੰਮ ਵਧੀਆ ਰੁਜ਼ਗਾਰ ਨਿਗਰਾਨੀ ਰੱਖ ਉਹਨੂੰ ਜਿਹੜਾ ਅਰਧ ਕੁਸ਼ਲ ਮਜ਼ਦੂਰ ਹੈ ਉਹਦੇ ਬਰਾਬਰ ਤਨਖਾਹ ਮਿਲਣੀ ਹੈ ਜਿਹੜਾ ਸਾਡੇ ਹੈ ਔਰ ਦੂਜੀ ਗੱਲ ਇਹ ਹੈ ਕਿ ਹਰ ਪਿੰਡ 'ਚ ਇੱਕ
ਵੱਡੇ ਪਿੰਡ ਚ ਇੱਕ ਤੋਂ ਵੱਧ ਇੱਕ ਰੁਜ਼ਗਾਰ ਸਹਾਇਕ ਭਰਤੀ ਕਰਨਾ ਤੇ 13,000 ਤੋਂ ਵੱਧ ਉਹ ਜਨ ਮਰਜ਼ੀ ਭਰਤੀ ਕਰ ਪਿੰਡ ਨੇ 13,000 ਉਹਦੇ ਚੋਂ 15,000 to 20,000 ਰੁਪਈਆ ਉਹਨੂੰ ਮਿਲੂਗੀ ਮਹੀਨੇ ਦਾ ਉਹ ਵੀ ਮਨਰੇਗਾ ਚੋਂ ਦਿਹਾੜੀ ਮਿਲੂ ਫਿਰ 2,500 ਜੋਬ ਕਾਰਡ ਦੇ ਪਿੱਛੇ ਇੱਕ 4-4 ਜੂਨੀਅਰ ਇੰਜੀਨੀਅਰ ਭਰਤੀ ਕਰਨ ਨੇ ਜਿਹੜੇ ਡਿਪਲੋਮਾ ਹੋਲਡਰ ਫਿਰਦੇ ਨੇ ਜਿਹੜੇ ਕੰਮ ਕਰਨਗੇ ਜਿਹੜੇ ਡੰਡੇ ਖਾ ਰਹੇ ਨੇ ਰਲਾਓ ਤਾਂ ਘੱਟੋ ਘੱਟ 75,000 ਨੌਕਰੀ ਬਣਦੀ ਹੈ ਜਿੱਥੇ ਪੰਜਾਬ ਸਰਕਾਰ ਦਾ ਢੇਲਾ ਨੀ ਲੱਗਦਾ ਪਿਛਲੇ 13 ਸਾਲਾਂ ਤੋਂ ਪੰਜਾਬ ਦੇ ਬਜਟ ਚੋਂ 1 ਰੁਪਈਆ ਕਿਸੇ ਪਿੰਡ ਨੂੰ ਨਹੀਂ ਗਿਆ 1 ਰੁਪਈਆ 62% ਆਬਾਦੀ ਹੈ ਇਹ ਅਪਰਾਧ ਨਹੀਂ ਹੈ ਪੰਜਾਬ ਦੇ ਲੋਕਾਂ ਦਾ ਐਲਾਨ ਤਾਂ ਰੋਜ਼ ਹੁੰਦੇ ਆ ਜੀ ਰੋਜ਼ ਐਲਾਨ ਇਹੀ ਤਾਂ ਰੋਲ ਹੈ ਫਿਰ